शहीद भगत सिंह ने अपना जीवन देश की आजादी और अन्याय के खिलाफ लड़ते हुए समर्पित कर दिया था, जिसके चलते आज भी नौजवान पीढ़ी उन्हें अपना आदर्श मानते हुए उनके दिखाए हुए रास्ते पर चलने की कोशिश कर रही है। ऐसी एक मिसाल जगराव की ट्रक यूनियन में देखने को मिली, जहां पर ट्रक यूनियन ऑपरेटर और इलाके के नौजवानों ने भगत सिंह ब्रिगेड के बैनर तले इकट्ठे होकर शहीद भगत सिंह का जन्म दिवस पूरे उत्साह से मनाया। इस मौके पर जहां नौजवानों ने कविताओं के जरिए और नाटकों के जरिए भगत सिंह के जीवन पर रोशनी डालते हुए सभी नौजवानों को भगत सिंह के दिखाए रास्ते पर चलने के लिए प्रेरित किया। ਅਸੀਂ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਹਾਂ ਅੱਜ। ਅਸੀਂ ਦੋਹੇ ਨਾਲ ਮਨਾਉਂਦੇ ਭਗਤ ਸਿੰਘ ਦੇ ਜਨਮ ਦਿਨ ਵੀ ਅਤੇ ਸ਼ਹੀਦੀ ਦਿਨ ਵੀ। ਇਹ ਤਾਂ ਮਨਾਉਂਦੇ ਹਾਂ ਕਿ ਆਉਣ ਵਾਲੀ ਨਵੀਂ ਪੀੜ੍ਹੀ ਜਿਹੜੀ ਵੀ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਸ਼ਹੀਦ ਆਪਣੇ ਕੌਣ ਸੀਗੇ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਾਹਿਬਾ, ਇਹ ਆਪਣੇ ਮੇਨ ਸ਼ਹੀਦ ਆ। ਇਹਨਾਂ ਨੂੰ ਸਾਰੀ ਜੋ ਵੀ ਹੈਗਾ ਵਾ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਆਪਾਂ ਨੂੰ ਵੀ ਆਪਣੇ ਸ਼ਹੀਦਾਂ ਦੀ ਬਦੌਲਤ ਆਪਾਂ ਇਹ ਆਜ਼ਾਦੀ ਮਾਣਦੇ ਹਾਂ। ਸਰਕਾਰ ਤੋਂ ਇਹ ਮੰਗ ਰੱਖਣਾ ਚਾਹੁੰਦੇ ਸਰਕਾਰ ਕੋਲੋਂ ਵੀ ਇੱਕ ਤਾਂ ਜਨਮ ਦੀ ਛੁੱਟੀ ਕੋਈ ਹੁੰਦੀ ਹੈ ਕੋਈ ਵੀ, ਇਹ ਛੁੱਟੀ ਨਾ ਕੀਤੀ ਜਾਵੇ, ਬੱਚਿਆਂ ਨੂੰ ਸ਼ਿਕਸ਼ਾ ਦਿੱਤੀ ਜਾਵੇ ਵੀ ਸ਼ਹੀਦ ਕੀ ਆ, ਕੀ ਆਪਣੇ ਇਹਨਾਂ ਨੇ ਕੀ ਆਪਣੇ ਲਈ ਕੀਤਾ ਵਾ। ਜਗਰਾਓ ਸੇ ਜਾਗਰਤੀ ਲਹਿਰ ਕੇ ਲੀਏ ਦਵਿੰਦਰ ਜੈਨ ਕੇ ਸਾਥ ਬਿਊਰੋ ਰਜੇਸ਼ ਜੈਨ ਕੀ ਰਿਪੋਰਟ।